ਪਿੰਡਾਂ ਦੀ ਕ੍ਰਿਕਟ ਦੇ ਰੌਲੇ ਮੈਚ ਪਾਉਣ ਤੋਂ ਬਾਅਦ ਸਭ ਤੋਂ ਮੁਸ਼ਕਲ ਕੰਮ ਹੁੰਦਾ ਘਰ ਘਰ ਜਾ ਕੇ ਤਰਲੇ ਮਾਰ ਕੇ ਬੰਦੇ ਇਕੱਠੇ ਕਰਨੇ ਅਤੇ ਉਹਨਾਂ ਦੇ ਨਖਰੇ ਸਹਿਣੇ ਅਤੇ ਕੁਝ ਪਲੇਅਰ ਇੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਕੋਈ ਵੀ ਟੀਮ ਖਿਡਾਉਣਾ ਨਹੀਂ ਚਾਹੁੰਦੀ ਅਤੇ ਮੈਚ ਵੀ ਉਹਨਾਂ ਤੋਂ ਚੋਰੀ ਰੱਖਿਆ ਹੁੰਦਾ ਪਰ ਉਹ ਸਭ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਪਹੁੰਚੇ ਹੁੰਦੇ ਉਹ ਦੇਬਾ ਵੀਰ ਵੀ ਮਿਲ ਗਿਆ ਜੀ ਉਹ ਵਧੀਆ ਪਲੇਅਰ ਹੀ ਪੁਰਾਣਾ ਇਹ ਵਧੀਆ ਖੇਡਦਾ ਜੀ ਇਹਨੂੰ ਵੀ ਕਹਿ ਦਿੰਦੇ ਇੱਕ ਬੰਦਾ ਹੋਰ ਜੀ ਵੀਰ ਮੈਚ ਹੀ ਉਹ 9 ਵਜੇ ਦਸ਼ਮੇਸ਼ ਨਗਰ ਦੀ ਟੀਮ ਨਾਲ ਹੀ ਅੱਛਾ 9 ਵਜੇ ਤਿਆਰ ਰਵੀ 9 ਵਜੇ ਪੂਰੇ 9 ਵਜੇ ਆ ਜਾਣੇ ਉਹਨਾਂ ਨੇ ਠੀਕ ਆ ਤਾਂ ਲੈ ਜਾਓ ਮੈਨੂੰ 9 ਵਜੇ ਕੋਈ ਚੱਕਰ ਨਹੀਂ ਰੈਡੀ ਹੋਵੇਗਾ ਰੈਡੀ ਰੈਡੀ ਚੱਲ ਠੀਕ ਆ ਚੱਲ ਇੱਕ ਹੋਰ ਕਿਹਾ ਗਿਆ ਹਨਾ ਚੱਲ ਆਪਾਂ ਦੂਜੇ ਵੱਲ ਜਾਂਦੇ ਹਾਂ ਚਿੱਟੇ ਨੂੰ ਵੀ ਕਹਿ ਦਈਏ ਓਏ ਆਹੋ ਫਿਲਟਰ ਇੱਕ ਹੋ ਜੂਗਾ ਆਹ ਚੱਲ ਚਿੱਟੇ ਵੱਲ ਜਾਂਦੇ ਨਗਰੇ ਤਾਂ ਕਰਨੇ ਉਹਨੇ ਚਿੱਟੇ ਹਾਂ ਕਿੱਧਰ ਆਏ ਜੇ ਉਹ ਚਿੱਟੇ 9 ਵਜੇ ਮੈਚ ਹੀ ਆਪਣਾ ਉਹ ਇੰਨੀ ਧੁੱਪ 'ਚ ਮੈਚ ਉਹ ਤੁਸੀਂ ਪਾਗਲ ਜੇ ਉਹ ਤੁਸੀਂ ਸਕਿਨ ਸਾੜਨੀ ਆ ਉਹ ਕੁਝ ਨਹੀਂ ਹੁੰਦਾ ਤੇਰੀ ਸਕਿਨ ਨੂੰ ਸ਼ਾਮੇ ਲਾ ਦਾਂਗੇ ਯਾਰ ਤੈਨੂੰ ਫੀਲਡਿੰਗ ਉਹ ਜਿੱਤ ਕੇ ਤਾਂ ਤੈਨੂੰ ਫੇਰਾਂ ਲਵਲੀ ਲੈ ਦਾਂਗੇ ਉਹ ਚਿੰਤਾ ਨਾ ਕਰ ਯਾਰ ਤੂੰ ਜਾ ਜਾ ਹੋ ਜਾ ਹੋ ਜਾ ਯਾਰ ਚਲੋ ਆਉਂਦਾ ਫਿਰ ਮੈਂ ਧੁੱਪ ਵਾਲੀ ਕਰੀਮ ਲਾ ਕੇ ਵੇਖ ਲਾ ਕਿੰਨਾ ਕਿੰਨਾ ਦੇ ਤਰਲੇ ਮਾਰਨੇ ਪੈਣ ਡੇ ਜੀ ਅਤੇ ਇਹਨੇ ਫੀਲਡਿੰਗ ਪਤਾ ਕਿੱਦਾਂ ਕਰਨੀ ਐਂ ਕੈਚ ਫੜਨੀ ਨੇ ਤੇ ਜਿਹਦੇ ਵੱਲ 50 ਕੈਚ ਆਏ ਹੋਣਗੇ ਨਾ ਤੇ ਇਹਨੇ 60 ਛੱਡੇ ਜੀ ਉਹ ਕਿੱਦਾਂ ਵੀਰ 50 ਦੇ ਦੇ ਆ ਲਾਈਕ ਕੈਚ ਛੱਡੇ ਨਾ ਇਹਨੇ ਹਾਂ 10 ਲੋਕਾਂ 'ਚ ਵੱਜ ਵੱਜ ਕੇ ਛਡਾਏ ਜਿੱਤਰਾ ਤੇ ਨਖਰੇ ਇਹਦੇ ਵੇਖ ਜੇ ਦਾਲ ਹੀ ਆ ਪਟਨਾ ਫਿਲਮ ਆਉਣ ਲੱਗੀ ਹੁੰਦੀ ਇਹਦੀ ਇੱਦਾਂ ਕਰ ਤੂੰ ਨਾ ਸਮਾਨ ਲੈ ਕੇ ਗਰਾਊਂਡ 'ਤੇ ਚੱਲ ਜਾ ਅਤੇ ਮੈਂ ਨਾ ਤੇ ਬੇਬੀ ਗੱਲ ਹੋਵਾਂ ਉਹ ਵੀ ਲੀਚੜ ਜਿਹਾ ਹੀ ਆਪਾਂ ਦਾ ਨਹੀਂ ਤਿਆਰ ਹੋਇਆ ਹੋਣਾ ਕਿ ਨਹੀਂ ਹੋਇਆ ਹੈ ਨਾ ਚੱਲ ਜਾ ਤੂੰ ਲੈ ਵੀਰ ਤੇ ਆ ਬੈਠਾ ਵੀਰ ਚੱਲ ਚੱਲੀ ਯਾਰ ਟੀਮ ਤੇ ਆ ਗਈ ਆ ਟਾਸ ਵੀ ਪੈ ਗਈ ਯਾਰ ਚੱਲ ਉੱਠ 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 ਆ ਗਏ ਆ ਆਪਾਂ ਵੀ ਰੈਡੀ ਆ 2 ਮਿੰਟ ਬਹਿ ਤੂੰ ਮੈਂ ਨਹਾ ਗਿਆ ਉਹ ਨਹਾ ਨਾ ਵੀਰ ਆਪਾਂ ਤਾਂ ਅੱਗੇ ਲੇਟ ਆ ਯਾਰ ਉਹ ਤੇ ਟੀਮ ਤੇ ਆ ਵੀ ਗਈ ਆ ਚੱਲ ਵੀਰ ਮੇਰਾ ਯਾਰ ਇਦਾਂ ਹੀ ਆ ਜਾ 2 ਮਿੰਟ ਹੀ ਲੱਗਣੇ ਆ ਆਉਂ ਜਾ ਨਹੀਂ ਕਰਨਾ ਮੈਂ ਤੂੰ ਬਹਿ ਇੱਥੇ ਇਹਨੇ ਪਤਾ ਨਹੀਂ ਹੁਣ ਦਲਿੱਦਰ ਜੀ ਨੇ ਕਿੰਨਾ ਕੁ ਟਾਈਮ ਲਾਉਣਾ ਜੀ ਇਹੋ ਜਿਹੇ ਬੰਦਿਆਂ ਨੂੰ ਤਾਂ ਕਹਿਣਾ ਨਹੀਂ ਚਾਹੀਦਾ ਮਜ਼ਾ ਮਾਰ ਦਿੰਦੇ ਸਾਰਾ ਉਹ ਵੀਰ ਤੂੰ ਕੀ ਮਿੱਠਣ ਬਣ ਆਇਆ ਵਾ ਆਪਾਂ ਮੈਚ ਖੇਡਣ ਜਾਣਾ ਯਾਰ ਉਹ ਮੈਨੂੰ ਹੋਰ ਵੀ ਕੰਮ ਹੈਗਾ ਮੈਂ ਜੰਡਿਆਲੇ ਜਾਣਾ ਯਾਰ ਯਾਰ ਛੇਤੀ ਕਰ ਫਿਰ ਯਾਰ ਚੱਲਦੇ ਹਾਂ ਮੰਮੀ ਆ ਪਰੌਂਠੀਆਂ ਲਾ ਲਈ ਚਾਹ ਨਾ ਦੋ ਉਹ ਵੀਰ ਰੋਟੀ ਰਾਟੀ ਨਾ ਖਾ ਹੁਣ ਮੈਂ ਤਾਂ ਤੈਨੂੰ ਕਦੋਂ ਦਾ ਦੱਸ ਕੇ ਗਿਆ ਯਾਰ 2 ਮਿੰਟ ਲੱਗਣੇ ਹੀ ਯਾਰ ਉਹ ਚਾਹ ਨਾ ਖਾ ਫਿਰ ਉਹ ਚਾਰ ਚੂਰ ਨਾ ਖਾ ਲਾ ਯਾਰ ਉੱਥੇ ਤੇ ਟਾਸ ਪੈ ਗਈ ਆ ਕੋਈ ਨਹੀਂ 2 ਮਿੰਟ ਲੱਗਣੇ ਕਾਹਦੀ ਕਾਲੀ ਹੈ ਖਾ ਲਾ ਫਿਰ ਯਾਰ ਛੇਤੀ ਕਰ ਉਹ ਵੀਰੇ ਤੂੰ ਤੇ ਵੈਸ਼ਨੂੰ ਢਾਬੇ ਵਾਲੀ ਥਾਲੀ ਮੰਗਾ ਲਈ ਯਾਰ ਛੇਤੀ ਕਰ ਯਾਰ ਛੇਤੀ ਰੋਟੀ 'ਚ ਕੋਈ ਕਾਲੀ ਨਹੀਂ ਵੀਰ ਇੱਕ ਵਾਰ ਰੋਟੀ ਖਾਣੀ ਹੁੰਦੀ ਦਿਹਾੜੀ 'ਚ ਮਾਤਾ ਨੂੰ ਚਾਹ ਕਹੀ ਤੇ ਦਹੀਂ ਬਣਾ ਲਿਆ ਮਾਤਾ ਨੇ ਵੀਰੇ ਟਾਸ ਪੈ ਗਈ ਉੱਥੇ ਚੱਲਦੇ ਆ ਕਾਲੀ ਕਾਹਦੀ ਰੋਟੀ ਖਾ ਲੈਂਦੇ ਯਾਰ ਇੰਨੀਆਂ ਖਾਣੀਆਂ ਨਾ ਹੁਣ ਵਿਹਣੇ ਆ ਰਹੇ ਕੋਈ ਗੱਲ ਨੀ ਕਾਲੀ ਕਾਹਦੀ ਆ ਯਾਰ ਇੰਨਾ ਢਿੱਡ ਭਰ ਕੇ ਥੋੜਾ ਖੇਡਿਆ ਜਾਣਾ ਵਾ ਚੱਲਦੇ ਆ ਮੰਮੀ ਬੜਾ ਗੋਪੀ ਤੇਲ ਪਵਾ ਕੇ ਲੈ ਮੋਟਰਸਾਈਕਲ 'ਚ ਕਿ ਨਹੀਂ ਉਹ ਨਹੀਂ ਗਿਆ ਉਹ ਤਾਂ ਸੁੱਤਾ ਵਾ ਇਹਨੇ ਨਾ ਪਵਾਇਆ ਮੈਨੂੰ ਪੋਣਾ ਪੈਣਾ ਫੇਰ ਲੱਗਦਾ ਵੀਰ ਤੇਲ ਤੂਲ ਬਾਅਦ 'ਚ ਪਵਾ ਲਈ ਯਾਰ ਟਾਸ ਪੈ ਗਈ ਉਹਨਾਂ ਨੇ ਓਵਰ ਕੱਟ ਲੈਣੀ ਆ ਆਪਾਂ ਬਸ ਜਾਂਦੇ ਆ ਪਵਾ ਕੇ ਨਾ ਸਿੱਧਾ ਗਰਾਊਂਡ 'ਚ ਜਾਣਾ ਹੁਣ ਚੱਲ ਆ ਜਾ ਆ ਬੈਟ ਲਿਆਂਦਾ ਹੈ ਤੇਲ ਤੂਲ ਪਾਇਆ ਲੱਗਦਾ ਅੱਜ ਬਣਾਉਣੇ ਕੁੱਪ ਵੇਖੀ ਜਾਈ ਤੂੰ ਨੇਰ ਬਣਾਉਣਾ ਛਿੱਕਿਆਂ ਦੇ ਆਪਾਂ ਟੈਨਸ਼ਨ ਨਾਲ ਆਈ ਜਗ੍ਹਾ ਅੱਜ ਉਹ ਇਹਨੂੰ ਕਿੰਨੇ ਸੱਤ ਲਿਆ ਹੋਵੇ ਇਹਨੇ ਮੈਚ ਦਾ ਬੇੜਾ ਕਰਕੇ ਕਰਾਉਣਾ ਹੀ ਇਹਨੇ ਅੱਜ 100 ਤੋਂ ਪਹਿਲਾਂ ਨਹੀਂ ਆਉਣਾ ਆਹ ਬੈਟ ਵਧੀਆ ਅੱਜ ਹੁਣ ਨਹੀਂ ਪਰਵਾਹ ਕਰਨੀ ਆਪਾਂ ਉਹ ਇਹਨੂੰ ਕਿੰਨੇ ਚੜਾਤਾ ਹੋਵੇ ਉਹ ਇਹਨੇ ਮੈਚ ਹਰਾ ਦੇਣਾ ਇਹਨੇ
इन्हें अपन हरा देना ही इदा करिए रन आउट करा दे नहीं तो इन्हें टक टक ला छड़ना ही क्या वो आ भी गया ही हूँ इन्हें जंडियाले चल जाना ही हूँ यदि फील्डिंग कोई होर करूँगा स्यापा ही है इन्होंने सदना वो भरावा हूँ तू कुछ कर ली उत्थे ना टिक टिक ला छड़ी मैच फस जाने मैच आप हार जाना ही अज वो तू चिंता ना कर हूँ मैं छिके मारने बाद एंड दे पेलो दो ओवर वेखने स्टॉप कर दे बाला वेखन दे मार भी दमी भरावा गल ना करी नहीं नहीं वेखी जाए नेरबाद ने आप इस दिलदर बैट्समैन की वजह नाल रन बहुत थोड़े बने पर फिर भी वधिया बॉलिंग ते वधिया फील्डिंग दे नाल मैच जितने की स्थिति में आ गया हुण दो ओवर दे विच 33 रन ते दो विकटां चाहीदियां सी गल सुन मेरी दो ओवर रह गए 33 रन बनाने उन्होंने तो तू विकट वुकट के चक्कर च ना पाई तो लागों की बाला बोला कट के ते मैच खत्म करिए वो गल सुनो मेरी मैच आप जित लिया है दो विकटा रह गई हैं आल आउट करके घलने हैं दहशत पानी है पूरी दहशत तो फास्ट बॉलर ने ना विकट नहीं देनी स्पिनर आ दो ओवर दो मैनू इधर यार रिस्क नहीं लैना कोई वो कुछ नहीं होता यार मैं आल आउट कर देने दो बॉलों दो विकटा यार छिके खाई जाना वा रन बड़े थोड़े आ नहीं नहीं टेंशन ना लै अगे बॉल पै गई पिछे बंदे लाने कैच फिनिश मैटर तू यार बाल ते पाला चज दी यार कैच तो तुम फड़ नहीं दे शक्तिमान है कैच फड़ ले क्रिस गेल उन्हें छिके नहीं मारता जिन्हें तेन छिके पैन डे जाओ गां फील्डिंग कर दे नहीं तुम ਵੀਰ ਤੈਨੂੰ ਦੌਰਾ ਦੂਰਾ ਨਹੀਂ ਪੈਂਦਾ ਉਹ ਜਾ ਭਰਾ ਕਿਹੜੇ ਦੌਰੇ ਦੀ ਗੱਲ ਕਰਦਾ ਵੀਰ ਉਦਾਂ ਹੀ ਡਿੱਗ ਜਾ ਕੇ ਤਿੰਨ ਬਾਲਾਂ ਤਾਂ ਹੋਰ ਕਿਸੇ ਕੋਲ ਕਰਾ ਲਈਏ ਤੂੰ ਤਾਂ ਵਾਰਤਾ ਭਾਂਡੇ 'ਚ ਉਹ ਤਿੰਨਾਂ ਬੋਲਾਂ ਦੀ ਗੱਲ ਆ ਕੱਢ ਦੇਣੀ ਆ ਮੈਂ ਟੈਨਸ਼ਨ ਨਾ ਲੈ ਆਹੋ ਕੱਢ ਦੇਣੀ ਆ ਤੂੰ ਉਹ ਮੈਨੂੰ ਲੱਗਦਾ ਨਾ ਓਪਨਰ ਹੀ ਐਂਡ 'ਤੇ ਚੜਾਏ ਆ ਉਹ ਇੱਕ ਓਵਰ 'ਤੇ ਸਮਝਣ 'ਤੇ ਲੱਗਦਾ ਹੀ ਆ ਉਹ ਔਖਾ ਜਿਹਾ ਕਾਤੇ ਵੇਖੀ ਜਾਂਦੇ ਜੋ ਉਹ ਤੇਰੇ 'ਤੇ ਨਹੀਂ ਔਖਾ ਵੇਂਦੇ ਅਸੀਂ ਤਾਂ ਜੋ ਬੰਦਾ ਨਹੀਂ ਛੱਡਣਾ ਜਿਹੜਾ ਤੈਨੂੰ ਦੱਸ ਦਿੰਦਾ ਵੀ ਜਾ ਚੱਲ ਜਾ ਗਰਾਊਂਡ 'ਤੇ ਮੈਚ ਹੀ ਹੋ Oh, no, 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 no.